ਤਾਇਆ ਬੜੀਆਂ ਐਕਸਰਸਾਈਜ਼ਾਂ ਹੋ ਰਹੀਆਂ, ਕੀ ਚੱਕਰ ਹੈ? ਸੁੱਖ ਸ਼ਾਂਤ ਆ? ਓ ਪੁੱਤਰਾ, ਤਾਇਆ ਤੇਰਾ ਐਕਸਰਸਾਈਜ਼ ਤਾਂ ਕਰ ਰਿਹਾ ਕਿਉਂਕਿ ਤੇਰੇ ਤਾਏ ਨੇ ਲੈਣਾ ਆ ਬਦਲਾ। ਉਹ ਤਾਇਆ ਬਦਲਾ? ਸੱਚੀ ਬਦਲਾ ਲੈਣਾ ਤੂੰ? ਓਏ ਆਹੋ, ਕਿਉਂਕਿ ਕੰਜਰ ਦੇ ਬੈਸੀ ਵਾਲਿਆਂ ਨੂੰ ਐ ਕਿਤੇ ਹੀ ਪਰਾਉਣਾ ਪਸੰਦ ਆਇਆ। ਕੀ ਮਤਲਬ? ਉਹ ਮਤਲਬ ਇਹ ਕਿ ਬੀਜਾ ਨਹੀਂ ਦਿੰਦੇ ਸਾਲੇ, ਆ ਹੁਣ ਦਿੱਤਾ। ਫਿਰ ਜੇ ਹੁਣ ਐਕਤੀ ਵੀ ਮੈਂ ਬਦਲਾ ਲੈ ਕੇ ਨਾ ਗਿਆ ਤਾਂ ਪਿੰਡ ਵਾਲੇ ਕੀ ਕਹਿਣਗੇ? ਬਦਲਾ ਨਹੀਂ ਲੈ ਕੇ ਆਇਆ ਪੁੱਤ, ਬਦਲਾ ਤਾਂ ਮੈਂ ਲੈ ਕੇ ਜਾਊਂਗਾ। ਦੇਖੀ ਉਹ ਬਸ ਠੀਕ ਆ ਤਾਇਆ, ਹੋਰ ਵੀ ਬਥੇਰੀਆਂ ਤਿਆਰੀਆਂ ਹੁੰਦੀਆਂ ਬਦਲ ਲੈਣ ਲਈ, ਹੋਰ ਵੀ ਕਈ ਨੁਕਸੇ ਹੁੰਦੇ ਆ। ਆ ਜਾ, ਤੈਨੂੰ ਘਰੇ ਜਾ ਕੇ ਦੱਸਦਾ ਤੈਨੂੰ। ਉਹ ਤਾਇਆ ਮਰ ਗਏ ਕਿਤੇ। ਓ ਸ਼ੇਰਾ, ਹਾ ਕੀ ਰਗੜ ਨਾਪਿਆ, ਕੁੰਜੀ ਘੋਟਣ ਲੈ ਕੇ ਰਗੜਨਾ ਹੈ? ਤਾਇਆ ਖੁਰਾਕ ਬਣਾ ਰਿਹਾ ਤੇਰੇ ਲਈ ਖੁਰਾਕ। ਉਹ ਖੁਰਾਕ ਤਾਂ ਸ਼ੇਰਾ ਆਪਾਂ ਪਿੰਡਾਂ ਵਾਲੀ ਖਾਧੀ ਹੋਈ ਆ, ਆਪਾਂ ਕਦੇ ਅੱਡੀ ਲੱਗਣ ਦਿਆਂਗੇ, ਟੈਂਸ਼ਨ ਨਾ ਲੈ ਤੂੰ। ਤੈਨੂੰ ਤਾਇਆ ਇਹ ਵੀ ਖਿਲਾਊਂਗਾ ਤੇ ਇੱਕ ਹੋਰ ਬਹੁਤ ਵਧੀਆ ਚੀਜ਼ ਖਿਲਾਊਂਗਾ, ਤੇਰੇ ਬਦਲਾ ਲੈਣ ਲਈ ਕੰਮ ਆਊਗੀ। ਆਪ ਤਾਇਆ ਤੂੰ ਬਦਲਾ ਲੈਣਾ ਆ ਨਾ? ਬਦਲਾ ਤਾਂ ਲੈਣਾ ਸ਼ੇਰਾ, ਪਰ ਤੂੰ ਕਿਹੜੇ ਬਦਲੇ ਦੀ ਗੱਲ ਕਰਦਾ? ਤਾਇਆ ਉਹੀ ਬਦਲਾ, ਉਹੀ। ਉਹ ਨਾ ਨਾ ਸ਼ੇਰਾ, ਮੈਂ ਤਾਂ ਆਪਣੇ ਸ਼ਰੀਕਾਂ ਦੀ ਗੱਲ ਕਰਦਾ। ਸਾਡੇ ਬਜ਼ੁਰਗਾਂ ਤੋਂ ਧੱਕੇ ਨਾਲ ਜ਼ਮੀਨ ਨਾ ਕਰਾ ਗਏ ਤੇ ਮੁੜ ਕੇ ਆ ਗਿਆ ਬਲੈਤ। ਮੈਂ ਕਿਹਾ ਜੇ ਬਲੈਤ ਆ ਕੇ ਵੀ ਇੱਥੇ ਉਹਨਾਂ ਦੀ ਭਾਜੀ ਨਾ ਮੋੜੀ ਤਾਂ ਮੈਨੂੰ ਕੌਣ ਜੱਟ ਦਾ ਪੁੱਤ ਕਹੂ? ਹੈਂ? ਓ ਅੱਛਾ ਅੱਛਾ, ਆਹ ਬਦਲੇ ਦੀ ਗੱਲ ਕਰਦਾ ਸੀ ਮੈਂ ਸੋਚਿਆ ਖਰੀ ਦੂਜਾ।